ਫਰੀਦਕੋਟ ਤੋਂ ਅਸੀਂ ਆ ਰਹੇ ਹਾਂ ਪੱਟੀ ਕੇਮਕਨ ਜਾਣੀ ਸੀ ਬਸ ਬਾਈਪਾਸ ਤੇ ਟਰਾਲੇ ਵਾਲਾ ਅਣਗਹਿਲੀ ਨਾਲ ਸਾਡੀ ਸਾਈਡ ਆਉਣ 'ਚ ਅਸੀਂ ਕੱਚੇ ਲਾਹਤੀ ਗੱਡੀ ਇਹਨੂੰ ਦੇਖ ਕੇ ਵੀ ਸਵਾਰੀਆਂ ਦਾ ਬਚਾਅ ਹੋ ਸਕੇ ਜਦੋਂ ਆਈ ਗੱਡੀ ਦੇ ਨੁੱਕਰ ਵੱਜੀ ਆ ਗੱਡੀ ਪਲਟ ਗਈ ਆ 13-14 ਸਵਾਰੀਆਂ ਸੀ ਉਹਦੇ ਵਿੱਚ ਉਹਨਾਂ ਨੂੰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੱਟਾਂ ਜ਼ਰੂਰ ਲੱਗੀਆਂ ਸਵਾਰੀਆਂ ਨੂੰ ਇਹਨੇ ਅਣਗਹਿਲੀ ਨਾਲ ਸਾਡੀ ਸਾਈਡ 'ਤੇ ਆਉਣ ਗੱਡੀ ਮਾਰੀ ਮੈਂ ਬਲਜੀਤ ਕੁਮਾਰ ਜ਼ਿਲ੍ਹੇ ਦਾ ਰਹਿਣ ਵਾਲਾ ਅਤੇ ਮੈਂ ਉਹ ਆਪਣਾ ਬੱਸ ਵਿੱਚ ਜਾ ਰਿਹਾ ਸੀ ਅਤੇ ਅੱਗੋਂ ਝੋਨੇ ਦਾ ਲੱਗਾ ਟਰਾਲਾ ਆਇਆ ਘੋੜਾ ਉਹਨਾਂ ਲਿਆ ਕੇ ਅਤੇ ਵਿੱਚ ਮਾਰਿਆ ਬੱਸ ਪਲਟ ਗਈ ਹੈ ਉਹਦੇ ਵਿੱਚ ਸਵਾਰੀਆਂ ਨੂੰ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਕਿੰਨੇ ਕੁ ਲੋਕ ਜਿਹੜੇ ਜ਼ਖਮੀ ਹੋਏ ਪੀੜਤਾ ਹੋਏ ਹੈਗੇ 8-10 ਜੀ ਤਿੰਨ ਪੇਸ਼ੈਂਟ ਆਏ ਜੀ ਹਸਬੈਂਡ ਵਾਈਫ ਹੈ ਗੁਰਚਰਨ ਕੌਰ ਅਤੇ ਉਹਦੀ ਵਾਈਫ ਇੱਕ ਪੇਸ਼ੈਂਟ ਹੋ ਰਿਹਾ ਜੀ ਉਹਨਾਂ ਦੇ ਮੁੰਡੇ 8 ਵਜੀ ਹੈ ਤਿੰਨੋਂ ਪੇਸ਼ੈਂਟ ਵੈਸੇ ਸਟੇਬਲ ਹੈ ਜਿਹਦਾ ਫਸਟ ਏਅਰ ਟ੍ਰੀਟਮੈਂਟ ਵਗੈਰਾ ਉਹਨੂੰ ਦੇ ਰਹੇ ਹਾਂ ਉਸ ਤੋਂ ਬਾਅਦ ਦੇਖ ਕੇ ਜੇ ਉਹਨਾਂ ਨੂੰ ਲੋੜ ਲੱਗੇਗਾ ਤਾਂ ਅੱਜ ਕੱਲ੍ਹ ਐਡਮਿਟ ਕਰ ਲਾਂਗੇ ਜੇ ਲੱਗੇਗਾ ਕਿ ਸਟੇਬਲ ਹੈਗੇ ਆ ਕੁਛ ਟੈਸਟ ਦੀ ਫਰਦਰ ਲੋੜ ਨਹੀਂ ਹੈਗੀ ਫਿਰ ਅਸੀਂ ਮੈਡੀਸਨ ਦੇ ਕੇ ਅੰਡਰ ਆਬਜ਼ਰਵੇਸ਼ਨ ਰੱਖ ਕੇ ਉਹਨਾਂ ਨੂੰ ਛੁੱਟੀ ਕਰ ਲਾਂਗੇ